जल्दी कर जल्दी कर नानी मरियम, मेरी खाना पका। पीछे तेरा अब भी बड़ा भूख है, तो है उस बड़ी यार गल सिरे से चाय भी था अपने आप टांग का चाय वास्ते। जल्दी कर जल्दी कर खाना पका, तो पर है अपना कनाल शमैना भी लाना, तो टेंट भी उत्ते लाना, तो बंपर शाह जाती थी तो वही बिस्तरे रही, सामान साड़ा सारा गिला हो जाती। तो जल्दी कर नानी मरियम, तन बिया आके स्वेटर नहीं ले आंदा के जड़ा तू अजी तो कह दी रहा था ना, तू कारी दे सालन बनानी है तो मैं तेरे को कारी दे रोटी पक दी। जल्दी कर तन बिया के ले आंदा, मैंने की पता थी तन ना रोटी पकान दा ना सालन पकान दा पता जड़ा तो उन गलना तू बढ़िया कर लेनी है। पिछे अब्बा तेरा जड़ा ना और आंदा पे इधर रोला पाया सु, उसने भी रोटी चाहिए दी है। जल्दी कर जल्दी पका, तो सानू दे आके फिर रोटी खाइए, तो फिर काम भी करिए। सही होंगे, थैंक यू। मैं फंस गया नवाज शरीफ। हाँ हाँ बेटी, जल्दी कर कुटुको पानी पका, ते फिर है ए सारा टेंट भी लाना, ते बारिश आ जासी ते मौसम बड़ा खराब है, ते बिस्तरे ते फिर जंगल में जाके असं डेरा लाया, ते हुण ताई कम बन सी, ते पका जल्दी जल्दी कर। ती बेगम मणकी पै दी अन्न काली, तेरे को पकदा नहीं है ते कुछ भी नहीं आता, ते पका वल करके कोई ਇਹ ਵੀ ਤੜਕਾ ਮੜਕਾ ਜ਼ਰਾ ਟੈਟ ਕਰਕੇ ਲਾ ਨਾ, ਤੈਨੂੰ ਵਿਆਹ ਕੇ ਇੱਥੇ ਦਿੱਤਾ ਜੀ ਹੈ, ਇਸ ਧੀ ਨੂੰ ਬਣੀ ਹੈ, ਤੇ ਤੂੰ ਵੱਤ ਹੀ ਐਨ ਕਾਲੀ ਕੇ ਕਹਿੰਦੀ ਹੈ, ਤੇ ਪਕਾ ਮੇਰੀ ਬੇਟੀ ਜਲਦੀ ਜਲਦੀ ਕਰ, ਤੇ ਇਹ ਕੰਮ ਵੀ ਸਾਰਾ ਕਰਨਾ, ਤੇ ਬਾਰਿਸ਼ ਆ ਗਈ ਤੇ ਸਾਰਾ ਸਮਾਨ ਖਰਾਬ ਹੋ ਜਾ ਸੀ, ਹੁਣ ਜੰਗਲ ਵਿੱਚ ਕੋਈ ਦਾੜੇ ਲਾਉਣੇ ਡੇਰੇ ਲਾਉਣੇ, ਹੋਰ ਸਾਡੇ ਕੋਲ ਤਾਂ ਰਿਹਾ ਜੀ ਕੋਈ ਨਹੀਂ, ਇੰਨਾ ਕੋਈ ਸ਼ਹਿਰ ਦੇ ਅੰਦਰ ਤਾਂ ਅਸੀਂ ਆਬਾਦੀ 'ਚ ਰਹਿ ਨਾ ਸਕਦੇ, ਹੁਣ ਲੋਕ ਛੁੱਪ ਕੇ ਜ਼ਿੰਦਗੀ ਗੁਜ਼ਾਰਨੀ ਹੈ, ਵਕਤ ਬੜਾ ਮੁਸ਼ਕਲ ਆ ਗਿਆ ਮੈਣੀ ਬੇਟੀ। ਚੈੱਕਅਪ ਕਿਹਾ ਜੀ, ਚੈੱਕਅਪ ਕੇ ਲਈ ਬਾਹਰ ਗਏ। ਅਭੀ ਮਜ਼ਾ ਆਏਗਾ ਨਾ ਭਿੜੋ। ਮੈਂ ਖਾਣਾ ਪਾਣੀ ਪੱਕਦਾ ਥਵਾ, ਤੇ ਮੈਂ ਇਸ ਦੇ ਘਰ ਵਿਆਹ ਕਿਉਂ ਆਈ ਯਾਰ, ਤੇ ਮੈਂ ਹੁਣ ਇੱਥੇ ਆ ਗਈ ਹਾਂ, ਤੇ ਤੂੰ ਵੀ ਆਪਾਂ ਮੈਂ ਸਿਹਤ ਚੜ ਕੇ ਬਹਿ ਗਿਆ, ਤੇ ਹੁਣ ਤੂੰ ਵੀ ਆਉਂਦਾ ਹੋ ਸੀ ਰੋਟੀ ਚੰਗੀ ਪਕਾ ਕੇ। ਮੈਨੂੰ ਪਤਾ ਜੀ ਕੋ ਨਹੀਂ ਰੋਟੀ ਕਿਸ ਤਰ੍ਹਾਂ ਪੱਕਦੀ, ਤੇ ਸਾਲਣ ਜਿਹੜਾ ਮੈਨੂੰ ਕੋਈ ਤਰੀਕਾ ਕਰ, ਉਹ ਜੀ ਮੈਂ ਪਕਾਉਣਾ। ਮੈਂ ਕਦੋਂ ਕਦੀ ਰੋਟੀਆਂ ਪਕਾਈਆਂ ਸਾਰੀ ਜ਼ਿੰਦਗੀ, ਸਾਗੀ ਰੱਖਦੀ ਰਹੀ ਹਾਂ, ਰੱਖੋ ਰੱਖੋੜ ਕੇ ਤੇ ਰੋਲੇ ਪਾ ਪਾ ਕੇ ਸਾਰੀਆਂ ਪੁਸ਼ਟ ਪਾਈਆਂ ਆਪਾਂ ਕਰਦੀ ਆਈਆਂ, ਤੇ ਹੁਣ ਆਪਾਂ ਤੂੰ ਵੀ ਆਉਣਾ। ਮੈਨੂੰ ਚਾਹੀਦਾ ਰੋਟੀ ਚੰਗੀ ਤੇ ਸਹੀ ਕਰਕੇ, ਕੋਈ ਤੜਕਾ ਮੜਕਾ ਲੱਗਿਆ ਹੋਵੇ, ਤੇ ਹੁਣ ਵਤ ਮੇਰੇ ਕੋਲ ਜਿਹੜਾ ਪੱਕਦਾ ਖਾ ਲਓ ਚੁੱਪ ਕਰਕੇ, ਨਹੀਂ ਤੇ ਜਾ ਨਾ ਤੇ ਕੰਮ ਕਰੋ ਆਪਣੇ ਟੈਂਟ ਸ਼ੈਂਟ ਲਓ, ਤੇ ਮੈਂ ਕੋਈ ਪੱਕਿਆ ਨਹੀਂ ਹੈ, ਤੇ ਚੁੱਪ ਕਰਕੇ ਖਾ ਲਓ ਬਾਈ, ਕੋਈ ਸ਼ਰਮ ਕਰੋ ਯਾ ਕਰੋ, ਆਪਾਂ ਤੁਸੀਂ ਵੀ ਬੁੱਢੀ ਬਣਾ ਤੜਕੇ ਮੜਕੇ ਖਾਂਦੇ ਹੋ। ਪਿਆਰੇ ਦੋਸਤੋ, ਅਗਰ ਮਰੀਮ ਨਵਾਜ਼ ਦੀ ਤਰ੍ਹਾਂ ਨਾਨੀ ਮਰੀਮ ਤਰ੍ਹਾਂ ਤੁਹਾਨੂੰ ਖਾਣਾ ਪਕਾਉਣਾ ਤਾਂ ਤੁਹਾਨੂੰ ਨਹੀਂ ਆਉਂਦਾ, ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ, ਤਾਂ ਕਿ ਸਾਡਾ ਆਉਣਾ ਨਵਾਂ ਫਨੀ ਖਾਕਾ ਸਿਆਸਤ ਮਬਨੀ ਉਸ ਦਾ ਨੋਟੀਫਿਕੇਸ਼ਨ ਬਰ ਵਕਤ ਤੁਹਾਨੂੰ ਮਿਲਦਾ ਰਹੇ।